ਲੁਧਿਆਣਾ ਪੁਲਿਸ ਨੇ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਇੱਕ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਇਸ ਗਿਰੋਹ ਦੇ ਦੋ ਲੁਟੇਰਿਆਂ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ। ਦੱਸ ਦਿੰਦੇ ਹਾਂ ਕਿ ਕੁਛ ਦਿਨਾਂ ਤੋਂ ਹੈਬੋਵਾਲ ਖੇਤਰ ਦੇ ਵਿੱਚ ਲੁੱਟ ਦੀਆਂ ਵਾਰਦਾਤਾਂ ਵੱਧ ਰਹੀਆਂ ਸਨ। ਲਗਾਤਾਰ ਪੁਲਿਸ ਨੂੰ ਵੀ ਸ਼ਿਕਾਇਤਾਂ ਮਿਲ ਰਹੀਆਂ ਸਨ, ਜਿਸ ਨੂੰ ਲੈ ਕੇ ਪੁਲਿਸ ਵੱਲੋਂ ਸਖ਼ਤੀ ਵਰਤੀ ਗਈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ SPSR ਢੀਂਸਾ ਨੇ ਦੱਸਿਆ ਕਿ ਕੁਛ ਦਿਨ ਤੋਂ ਹੈਬੋਵਾਲ ਖੇਤਰ ਵਿੱਚ ਲੁਟੇਰਾ ਗੈਂਗ ਬਹੁਤ ਸਰਗਰਮ ਸਨ, ਜਿਨ੍ਹਾਂ ਦਾ ਅੱਜ ਪਰਦਾਫਾਸ਼ ਹੋਇਆ ਹੈ। ਦੋ ਲੁਟੇਰੇ ਗ੍ਰਿਫਤਾਰ ਕੀਤੇ ਗਏ ਨੇ, ਜਿਨ੍ਹਾਂ ਦੀ ਗ੍ਰਿਫਤਾਰੀ ਤੋਂ ਬਾਅਦ 15 ਚੋਰੀਆਂ ਦੇ ਕੇਸ ਹੱਲ ਹੋਏ ਨੇ। ਉਹਨਾਂ ਦੱਸਿਆ ਕਿ ਇਹ ਗੈਂਗ ਜ਼ਿਆਦਾਤਰ ਪ੍ਰਵਾਸੀਆਂ ਦੇ ਘਰਾਂ ਨੂੰ ਟਾਰਗੇਟ ਕਰਦੇ ਸੀ, ਜਾਂ ਫਿਰ ਜਿਨ੍ਹਾਂ ਘਰਾਂ ਦੇ ਬਾਹਰ ਤਾਲਾ ਲੱਗਾ ਸੀ ਉਸ ਘਰ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਸੀ। ਅੱਜ ਇਸ ਮਾਮਲੇ ਦੇ ਵਿੱਚ ਦੋ ਲੁਟੇਰਿਆਂ ਨੂੰ ਕਾਬੂ ਕੀਤਾ ਹੈ, ਜਿਨ੍ਹਾਂ ਕੋਲੋਂ ਵੱਡੀ ਗਿਣਤੀ ਦੇ ਵਿੱਚ ਚੋਰੀ ਕੀਤਾ ਸਮਾਨ ਬਰਾਮਦ ਹੋਇਆ ਹੈ, ਜਿਨ੍ਹਾਂ ਵਿੱਚ ਲੈਪਟੋਪ, ਘੜੀਆਂ, ਸੋਨੇ ਦੇ ਚਾਂਦੀ ਦੇ ਗਹਿਣੇ, LCD, ਮੋਬਾਈਲ ਅਤੇ ਕਈ ਹੋਰ ਸਮਾਨ ਸਮੇਤ ਇਹਨਾਂ ਨੂੰ ਗ੍ਰਿਫਤਾਰ ਕੀਤਾ ਹੈ। ਸ਼੍ਰੀ ਗੁਰਪ੍ਰੀਤ ਸਿੰਘ ਭੁੱਲਰ, ਕਮਿਸ਼ਨਰ ਪੁਲਿਸ ਲੁਧਿਆਣਾ ਜੀ ਦੀ ਡਾਇਰੈਕਸ਼ਨਸ 'ਤੇ ਐਂਟੀ ਸੋਸ਼ਲ ਐਲੀਮੈਂਟਸ ਦੇ ਖਿਲਾਫ਼ ਇੱਕ ਖਾਸ ਮੁਹਿੰਮ ਚੱਲ ਰਹੀ ਹੈ, ਔਰ ਇਹਦੇ ਤਹਿਤ CA1 ਦੀ ਟੀਮ ਨੂੰ, ਲੁਧਿਆਣਾ ਪੁਲਿਸ ਦੀ ਕ੍ਰਾਈਮ ਟੀਮ ਨੂੰ ਬਹੁਤ ਵੱਡੀ ਕਾਮਯਾਬੀ ਹੋਈ ਹੈ। ਪਿਛਲੇ ਕੁਛ ਅਰਸੇ ਤੋਂ ਹੈਬੋਵਾਲ ਏਰੀਆ 'ਚ ਕੁਝ ਜੱਸੀਆਂ ਔਰ ਉਸ ਸਾਰੀ ਬੈਲਟ ਦੇ ਵਿੱਚ ਜਿਹਨਾਂ ਚੋਰਾਂ ਦੇ ਇੱਕ ਗਰੋਹ ਨੇ ਇੱਕ ਐਕਟਿਵ ਹੋਇਆ ਸੀ ਔਰ ਬਹੁਤ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਸੀਗੇ। ਔਰ ਪਿਛਲੇ ਦਿਨ ਹੀ ਅਸੀਂ ਇਹੀ ਟੀਮ ਨੂੰ ਕੋਈ ਸੀਕਰਟ ਇਨਫੋਰਮੇਸ਼ਨ ਪਤਾ ਚੱਲੀ ਅਤੇ ਔਰ ਜਵਾਲਾ ਸਿੰਘ ਚੌਂਕ 'ਤੇ ਉਹਨਾਂ ਦੀ ਟੀਮ ਨੇ ਇਹਨਾਂ ਨੇ ਇੱਕ ਗੈਂਗ ਦੇ ਦੋ ਮੈਂਬਰ ਕਾਬੂ ਕੀਤੇ ਨੇ, ਜਿਨ੍ਹਾਂ ਵਿੱਚ ਸੂਰਜਪਾਲ ਸ਼ੁਗਨ ਔਰ ਇੱਕ ਕਾਕਾ ਐਲੀਅਸ ਗੁੱਲੂ। ਇਹ ਕਾਫੀ ਸਮੇਂ ਤੋਂ ਐਕਟਿਵ ਨੇ ਅਤੇ ਉਹਨਾਂ ਦੇ ਫੜਨ ਨਾਲ 15 ਦੇ ਕਰੀਬ ਚੋਰੀਆਂ ਦੇ ਕੇਸ ਇਹਨਾਂ ਤੋਂ ਡਿਟੈਕਟ ਹੋਏ ਹੈ। ਇਹਨਾਂ ਤੋਂ ਬਹੁਤ ਹੈਵੀ ਰਿਕਵਰੀਜ਼ ਹੋਈਆਂ ਨੇ, LCD, ਲੈਪਟੋਪ, ਜਿਊਲਰੀ, ਗਹਿਣੇ, ਸੋਨੇ ਦੇ, ਚਾਂਦੀ ਦੇ, ਘੜੀਆਂ, ਮੋਬਾਈਲ ਫੋਨ, ਕੈਮਰੇ, ਮੋਬਾਈਲ ਹੈਂਡੀਕੈਮ ਔਰ ਐਪਲ ਦੇ ਟੈਬ। ਬਹੁਤ ਹੈਵੀ ਰਿਕਵਰੀ ਹੋਈ ਆ ਔਰ ਇਹਨਾਂ ਨੂੰ KSFA ਨੰਬਰ 263 'ਚ ਅਰੈਸਟ ਕੀਤਾ ਗਿਆ ਅਤੇ ਇਹਨਾਂ ਦੇ ਅਜੇ ਹੋਰ ਵੀ ਇਹਨਾਂ ਤੋਂ ਪੁੱਛਗਿੱਛ ਚੱਲ ਰਹੀ ਹੈ। ਇਹ ਕਿੱਥੇ ਅੱਗੇ ਜਾ ਕੇ ਗਹਿਣੇ ਆਪਣੇ ਦਿੰਦੇ ਸੀ ਉਹ ਵੀ ਸਾਰਾ ਅੱਗੇ ਇਹਨੂੰ ਅਨੈਲਿਸਿਸ ਕੀਤਾ ਜਾ ਰਿਹਾ, ਕਿੱਥੋਂ ਇਹ ਪਰਚੇਜ਼ ਕਰਦੇ ਸੀ ਔਰ ਪੈਸੇ ਕਿਵੇਂ ਵੰਡਦੇ ਸੀ, ਕਿਹਨੂੰ ਦਿੰਦੇ ਸੀ, ਔਰ ਇਹਦੇ 'ਚ ਹੋਰ ਵੀ ਸਾਨੂੰ ਕੇਸ ਟ੍ਰੇਸ ਹੋਣ ਦੀ ਉਮੀਦ ਆ। ਔਰ ਇਹਨਾਂ ਦੇ ਫੜੇ ਜਾਣ ਨਾਲ ਉਸ ਇਲਾਕੇ ਵਿੱਚ ਕਾਫੀ ਲੋਕਾਂ ਨੂੰ ਇੱਕ ਰਾਹਤ ਮਿਲੇਗੀ, ਜਿਨ੍ਹਾਂ ਦੇ ਗੱਬੇ ਬਹੁਤ ਜ਼ਿਆਦਾ ਜਿੱਥੇ ਚੋਰੀਆਂ ਕਰਦੇ ਸੀ। ਇਹ ਮੋਸਟਲੀ ਵਿਹੜਿਆਂ ਦੇ ਵਿੱਚ ਜਿਵੇਂ ਪ੍ਰਵਾਸੀ ਮਾਈਗ੍ਰੈਂਟ ਕੋਈ ਮਜ਼ਦੂਰ ਆਏ ਸੀ ਉਹਨਾਂ ਨੂੰ ਟਾਰਗੇਟ ਕਰਦੇ, ਸੁੱਤੇ ਪਿਆਂ ਦੇ ਮੋਬਾਈਲ ਫੋਨ ਜਾਂ ਉਹਨਾਂ ਦੇ ਕਮਰੇ ਭੰਨ ਕੇ ਚੋਰੀ ਕਰ ਲੈਣੀ, ਜਾਂ ਬੰਦ ਘਰਾਂ ਨੂੰ ਟਾਰਗੇਟ ਕਰਦੇ ਸੀ ਜਿੱਥੇ ਕਿ ਇਹਨਾਂ ਨੂੰ ਲੱਗਦਾ ਸੀ ਅੱਜ ਜਿਹੜੇ ਓਕੂਪੈਂਟ ਉਹ ਕਿਤੇ ਗਏ ਹੋਏ ਨੇ, ਕੋਈ ਵਿਆਹ ਸ਼ਾਦੀ 'ਤੇ ਗਏ ਹੁੰਦੇ ਸੀ, ਕੋਈ ਰਿਸ਼ਤੇਦਾਰੀ ਜਾਂਦੇ ਸੀ, ਘਰਾਂ ਨੂੰ ਟਾਰਗੇਟ ਕਰਕੇ ਚੋਰੀ ਕਰ ਲੈਂਦੇ ਸੀ। ਇਹਨਾਂ ਦੇ ਫੜੇ ਜਾਣ ਉਸ ਇਲਾਕੇ ਨੂੰ ਕਾਫੀ ਵੱਡੀ ਰਾਹਤ ਮਿਲੇਗੀ। ਕੁਝ ਸਮੇਂ ਤੋਂ ਹੈਬੋਵਾਲ ਖੇਤਰ ਦੇ ਵਿੱਚ ਚੋਰੀ ਦੀਆਂ ਵਾਰਦਾਤਾਂ ਲਗਾਤਾਰ ਵੱਧ ਰਹੀਆਂ ਸਨ, ਲੋਕ ਬੇਹੱਦ ਪਰੇਸ਼ਾਨ ਸਨ। ਲੁਧਿਆਣਾ ਪੁਲਿਸ ਵੱਲੋਂ ਇਸ ਗੈਂਗ ਦੇ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਤੋਂ ਬਾਅਦ ਲੋਕਾਂ ਨੂੰ ਕੁਝ ਹੱਦ ਤੱਕ ਰਾਹਤ ਮਿਲੇਗੀ। ਲੁਧਿਆਣਾ ਤੋਂ ਅਰੁਣ ਕੁਮਾਰ ਦੀ ਰਿਪੋਰਟ, ਫੈਕਟ ਨਿਊਜ਼। ਹੱਕ ਤੇ ਸੱਚ ਦੀ ਖਬਰ ਲਈ ਲਾਈਕ ਤੇ ਸਬਸਕ੍ਰਾਈਬ ਕਰੋ ਪੰਜਾਬ ਦਾ ਨੰਬਰ 1 ਡਿਜੀਟਲ ਨਿਊਜ਼ ਚੈਨਲ ਦ ਫੈਕਟ ਨਿਊਜ਼।